जी हां जी दोस्तों स्वागत है ਤੁਹਾਡਾ ਅੱਜ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀ ਬਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸ਼ੁਰੂਆਤ ਕਰਦੇ ਹਾਂ ਪਹਿਲੀ ਖਬਰ ਤੋਂ ਨਜਾਇਜ਼ ਸ਼ਰਾਬ ਕਾਂਡ ਈਡੀ ਨੇ ਦਿੱਲੀ ਟਰਾਂਸਫਰ ਕੀਤਾ ਕੇਸ ਈਡੀ ਵੱਲੋਂ ਨਜਾਇਜ਼ ਸ਼ਰਾਬ ਕਾਂਡ ਦਾ ਮਾਮਲਾ ਜਲੰਧਰ ਜ਼ੋਨ ਦਫ਼ਤਰ ਵਿੱਚੋਂ ਦਿੱਲੀ ਟਰਾਂਸਫਰ ਕਰ ਦਿੱਤਾ ਗਿਆ ਹੈ ਤੇ ਇਸੇ ਕੰਮ ਦੇ ਹਿੱਸੇ ਵਜੋਂ ਵਿੱਤੀ ਜਾਂਚ ਏਜੰਸੀ ਸੂਬੇ ਵਿੱਚ ਅਗਸਤ ਮਹੀਨੇ ਵਿੱਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਵਿੱਚ ਮਾਰੇ ਗਏ 122 ਲੋਕਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਸੂਤਰਾਂ ਮੁਤਾਬਕ ਜਨਰਲ ਦਫ਼ਤਰ ਵੱਲੋਂ ਹੈੱਡਕੁਆਟਰ ਦੇ ਸਬੰਧਤ ਕਾਗਜ਼ਾਤ ਟਰਾਂਸਫਰ ਕਰ ਦਿੱਤੇ ਗਏ ਹਨ ਈਡੀ ਦੀ ਸਪੈਸ਼ਲ ਟਾਸਕ ਫੋਰਸ ਇਸ ਮਾਮਲੇ ਦੀ ਅਗੇਰੀ ਜਾਂਚ ਕਰੇਗੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਕੇਂਦਰੀ ਮੰਤਰੀ ਦੇ ਅਸਤੀਫੇ ਤੋਂ ਬਾਅਦ ਜਾਣੋ ਕੀ ਬੋਲੇ ਬੀਬੀ ਬਾਦਲ ਕੇਂਦਰ ਸਰਕਾਰ ਦੇ ਤਿੰਨ ਆਰਡੀਨੈਂਸ ਬਿੱਲਾਂ ਖਿਲਾਫ ਬੀਬੀ ਹਰਸਿਮਰਤ ਕੋਰ ਬਾਦਲ ਨੇ ਕੇਂਦਰੀ ਮੰਤਰੀ ਵਜੋਂ ਅਸਤੀਫਾ ਦੇ ਦਿੱਤਾ ਹੈ ਇਸ ਸਬੰਧ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਨਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਲੋਕਾਂ ਦੇ ਨੁਮਾਇੰਦੇ ਦਾ ਕੰਮ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਹੁੰਦਾ ਹੈ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਇਹਨਾਂ ਬਿੱਲਾਂ ਨਾਲ ਕਿਸਾਨ ਸੰਤੁਸ਼ਟ ਨਹੀਂ ਹਨ ਤਾਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਕਾਂਗਰਸ ਸਰਕਾਰ ਤੇ ਵਰਧਿਆ ਕਿਹਾ ਹੈ ਕਿ ਮੀਟਿੰਗਾਂ ਦੌਰਾਨ ਇਹਨਾਂ ਬਿੱਲਾਂ ਲਈ ਸੂਬੇ ਦੀ ਸਰਕਾਰ ਵੱਲੋਂ ਸਹਿਮਤੀ ਦਿੱਤੀ ਗਈ ਸੀ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜਦੋਂ ਇਹ ਬੈੱਲ ਆਇਆ ਹੀ ਸੀ ਤਾਂ ਉਹਨਾਂ ਨੇ ਅਸਤੀਫਾ ਕਿਉਂ ਨਹੀਂ ਦਿੱਤਾ ਤਾਂ ਬੀਬਾ ਬਾਦਲ ਨੇ ਕਿਹਾ ਹੈ ਕਿ ਪਹਿਲਾਂ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਸੀ ਜਿਵੇਂ ਹੀ ਉਹਨਾਂ ਨੂੰ ਮੰਤਰਾਲੇ ਵਿੱਚ ਬਿੱਲ ਕਮੈਂਟ ਲਈ ਆਇਆ ਤਾਂ ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਕਮੈਂਟ ਕੀਤੇ ਤੇ ਇਹਨਾਂ ਬਿੱਲਾਂ ਦਾ ਜੋਰਦਾਰ ਪ੍ਰਦਰਸ਼ਨ ਕਰਕੇ ਵਿਰੋਧ ਕੀਤਾ ਤੇ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰਧਿਆ ਕਿ ਉਹਨਾਂ ਦੇ ਤਾਂ ਚੋਨ ਮੈਨ ਫੈਸਟੋ ਵਿੱਚ ਵੀ ਇਹਨਾਂ ਬਿੱਲਾਂ ਨੂੰ ਲਾਗੂ ਕਰਨ ਬਾਰੇ ਲਿਖਿਆ ਹੋਇਆ ਸੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਜਲੰਧਰ ਤੋਂ ਰੱਬ ਮੰਨੇ ਜਾਂਦੇ ਡਾਕਟਰਾਂ ਦੀ ਦਰਿੰਦਗੀ ਆਈ ਸਾਹਮਣੇ ਚਾਰ ਮਰੀਜ਼ ਬਿਨਾਂ ਇਲਾਜ ਕੀਤੇ ਸੜਕ ਤੇ ਸੁੱਟੇ ਜਲੰਧਰ ਜ਼ਿਲ੍ਹੇ ਦੇ ਈਐਸਆਈ ਹਸਪਤਾਲ ਦੇ ਡਾਕਟਰਾਂ ਦਾ ਬੇਦਰਦ ਚਿਹਰਾ ਉਸ ਸਮੇਂ ਸਾਹਮਣੇ ਆਇਆ ਜਦੋਂ ਉਹਨਾਂ ਨੇ ਹਸਪਤਾਲ ਵਿੱਚ ਦਾਖਲ ਚਾਰ ਮਰੀਜ਼ਾਂ ਨੂੰ ਇਲਾਜ ਪੂਰਾ ਕੀਤੇ ਬਿਨਾਂ ਹੀ ਸੜਕ ਤੇ ਸੁੱਟ ਦਿੱਤਾ ਇਨ੍ਹਾਂ ਵਿੱਚੋਂ ਇੱਕ ਬਜ਼ੁਰਗ 70 ਸਾਲਾ ਕਾਫੀ ਮਾੜੀ ਹਾਲਤ ਦੇ ਵਿੱਚ ਸੀ ਤੇ 18 ਸਾਲਾ ਦਾ ਇੱਕ ਮਰੀਜ਼ ਦੀ ਲੱਤ ਟੁੱਟੀ ਹੋਣ ਕਰਕੇ ਚੱਲਣ ਵਿੱਚ ਅਸਮਰਥੀ ਤੇ ਇਸ ਤੋਂ ਇਲਾਵਾ ਦੋ ਮਰੀਜ਼ ਤੁਰਨ ਫਿਰਨ ਵਿੱਚ ਕਾਬਲ ਸਨ ਜੋ ਕਿ ਸੜਕ ਤੋਂ ਕਿਸੇ ਤਰ੍ਹਾਂ ਹੋਰ ਪਾਸੇ ਚਲੇ ਗਏ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਆਈਸੀਪੀ ਅਟਾਰੀ ਤੇ ਸਨੇਫਰ ਡੌਗਜ਼ ਅਰਜੁਨ ਨੇ ਫੜੀ ਸੀ 2700 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਆਈਸੀਪੀ ਅਟਾਰੀ ਬਾਰਡਰ ਤੇ ਕਸਟਮ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਸਨੀਫਰ ਡੌਗ ਟ੍ਰੇਨਿੰਗ ਸੈਂਟਰ ਤੇ ਇਸ ਵਿੱਚ ਤਿਆਰ ਕੀਤੇ ਜਾਣ ਵਾਲੇ ਸਨੀਫਰ ਡੌਗਸ ਕਿਸੇ ਨਾਮ ਤੇ ਮੌਤਾਜ ਨਹੀਂ ਹਨ ਸਗੋਂ ਮਹਿਕਮੇ ਦੇ ਸਨੀਫਰ ਡੌਗਸ ਨੇ ਆਪਣੀ ਸ਼ਕਤੀਸ਼ਾਲੀ ਪਾਵਰ ਨਾਲ ਪੂਰੇ ਦੇਸ਼ ਵਿੱਚ ਨਹੀਂ ਸਗੋਂ ਪੂਰੇ ਸੰਸਾਰ ਵਿੱਚ ਆਪਣਾ ਨਾਮ ਕਮਾਇਆ ਤੇ ਇਨ੍ਹਾਂ ਨਾਮਾਂ ਵਿੱਚ ਸਭ ਤੋਂ ਵੱਡਾ ਨਾਮ ਸਨੀਫਰ ਡੌਗ ਅਰਜੁਨ ਦਾ ਹੈ ਜਿਸ ਨੇ ਇਕੱਲੇ ਨਹੀਂ ਆਈ ਸੀਪੀ ਅਟਾਰੀ ਬਾਰਡਰ ਤੇ ਪਾਕਿਸਤਾਨ ਤੋਂ ਆਏ ਲੂਣ ਦੀ ਖੇਪ ਵਿੱਚੋਂ ਇੱਕ ਇੱਕ 2 ਕਿਲੋ ਨਹੀਂ ਸਗੋ 532 ਕਿਲੋ ਹੈਰਵੰਦੀ ਖੇਪ ਫੜ ਲਈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਹਦੀ ਕੀਮਤ 2700 ਕਰੋੜ ਰੁਪਏ ਦੇ ਲਗਭਗ ਦੱਸੀ ਜਾ ਰਹੀ ਹੈ ਅਗਲੀ ਵੱਡੀ ਖਬਰ ਹੈ ਜੀ ਖੇਤੀ ਬਿੱਲਾਂ ਖਿਲਾਫ ਪਾਰਲੀਮੈਂਟ ਦਾ ਘਿਰਾਓ ਕਰਨ ਲਈ ਲੋਕ ਇਨਸਾਫ ਪਾਰਟੀ ਕੱਢੇਗੀ ਰੈਲੀ ਬੈਂਸ ਲੋਕ ਇਨਸਾਫ ਪਾਰਟੀ 23 ਸਤੰਬਰ ਨੂੰ ਫਤੇਗੜ ਸਹਿਵ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋ ਕੇ ਮੋਟਰਸਾਈਕਲ ਰੈਲੀ ਕੱਢੇਗੀ ਤੇ ਪਾਰਲੀਮੈਂਟ ਦਾ ਘਰਾਉ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਬਲਵਿੰਦਰ ਸਿੰਘ ਬੈਂਸ ਨੇ ਆਪਣੀ ਅਮਰਸਰ ਫੇਰੀ ਤੇ ਪਾਰਟੀ ਦੇ ਮਾਝੇ ਦੇ ਪ੍ਰਧਾਨ ਅਮਰੀਕ ਸਿੰਘ ਵਰਪਾਲ ਪੰਜਾਬ ਆਧਾਰਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ ਤੇ ਮਾਝੇ ਦੇ ਜਰਨਲ ਸਕੱਤਰ ਦੇ ਤੌਰ ਤੇ ਕਮੇਟੀ ਮੈਂਬਰ ਪ੍ਰਕਾਸ਼ ਸਿੰਘ ਮਹਲ ਦੇ ਨਾਲ ਲੈ ਕੇ ਸਮਰਥਕ ਸਥਾਨਕ ਹੋਟਲ ਵਿੱਚ ਪਾਰਟੀ ਦੀ ਮੀਟਿੰਗ ਦੌਰਾਨ ਜਿਹੜਾ ਕਿ ਵੱਡਾ ਫੈਸਲਾ ਲਿਆ ਗਿਆ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਹੋਟਲਾਂ ਵਿੱਚ ਵਿਆਹ ਸਮਾਰੋਹ ਅਤੇ ਕਾਨਫਰੰਸਾਂ ਲਈ ਬੁਕਿੰਗ ਸ਼ੁਰੂ ਚੰਡੀਗੜ੍ਹ ਕੇਂਦਰ ਸਰਕਾਰ ਨੇ ਅਨਲੌਕ 4 ਤਹਿਤ 21 ਸਤੰਬਰ ਤੋਂ ਸਮਾਜਿਕ ਪ੍ਰੋਗਰਾਮਾਂ ਵਿੱਚ 100 ਲੋਕਾਂ ਦੇ ਇਕੱਠ ਦੀ ਮਨਜ਼ੂਰੀ ਦਿੱਤੀ ਹੈ ਜਿਹ ਤਹਿਤ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਆਪਣੇ ਪੰਜ ਤਾਰਾ ਹੋਟਲ ਮਾਉਂਟ ਵਿਊ ਅਤੇ ਚਾਰ ਤਾਰਾ ਹੋਟਲ ਸ਼ਿਵਾਲਕ ਵਿਊ ਵਿੱਚ ਵਿਆਹ ਸਮਾਰੋਹ ਅਤੇ ਕਾਨਫਰੰਸ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ 코로나 ਹਾਲਤ ਮੌਜੂਦਾ ਦੇਖਦਿਆਂ ਹੋਇਆਂ ਵੈਕਵੈਟ ਵਿੱਚ ਸਾਰੇ ਐਸਓਪੀ ਦੀ ਠੀਕ ਰੂਪ ਵਿੱਚ ਪਾਲਣਾ ਕੀਤੀ ਜਾਵੇਗੀ ਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਇਸ ਵਿੱਚ ਵੀ ਕੜੇ ਪਾਬੰਦ ਕੀਤੇ ਜਾਣਗੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਹਰ ਸਿਮਰਤ ਨੇ ਕਿਸਾਨੀ ਲਈ ਬਲੀ ਦਤਾ ਮੰਤਰੀ ਪਾਦਤ ਢੀਂਡਸਾ ਦੇ ਅਕਾਲੀ ਦਲ ਦੀ ਵਿਗੜ ਸਕਦੀ ਹੈ ਰਫਤਾਰ ਖੇਤੀ ਪ੍ਰਧਾਨ ਸੂਬੇ ਪੰਜਾਬ ਵਿੱਚ ਜਿੱਥੇ ਕਿਸਾਨ ਵਿਰੋਧੀ ਆੜੀ ਨਸਾਂ ਦੇ ਮੁੱਦੇ ਨੂੰ ਲੈ ਕੇ ਕਿਸਾਨ ਆਪਣੇ ਘਰਾਂ ਦੇ ਵਿਹੜੇ ਛੱਡ ਕੇ ਸੜਕਾਂ ਤੇ ਆ ਗਏ ਹਨ ਤੇ ਉੱਥੇ ਹੀ ਪੰਜਾਬ ਦਾ ਸਿਆਸੀ ਮਾਹੌਲ ਵੀ ਪੂਰੀ ਤਰ੍ਹਾਂ ਨਾਲ ਗਰਮਾ ਗਿਆ ਹੈ ਇੱਕ ਦੂਸਰੇ ਉੱਤੇ ਤੋਮਤਾਨੀਆਂ ਤਲਵਾਰਾਂ ਵੱਧ ਰਹੀਆਂ ਹਨ ਤੇ ਹਾਲ ਹੀ ਵਿੱਚ ਕੇਂਦਰੀ ਖਾਦ ਪ੍ਰਸਾਸ਼ਕਾਂ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਮੰਤਰੀ ਮੰਡਲ ਨੂੰ ਛੱਡ ਕੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਹੋਰ ਬਦਲ ਕੇ ਰੱਖ ਦਿੱਤਾ ਹੈ ਤੇ ਬੀਬਾ ਬਾਦਲ ਦਾ ਇਹ ਫੈਸਲਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨ ਤੇ ਪੰਜਾਬ ਦੇ ਕਿਸਾਨਾਂ ਦਾ ਵਿਸ਼ਵਾਸ ਜਿੱਤਣ ਵਾਲਾ ਹੈ ਤੇ ਉਸੇ ਹੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਏ ਗਏ ਅਕਾਲੀ ਦਲ ਦਾ ਡੈਮੋਕ੍ਰੇਟਵ ਨੂੰ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਅਸ਼ੀਰਵਾਦਾਂ ਚਰਨਮਾਨੋ थामदता था है अगली बड़ी खबर है जी ਕਿਸਾਨਾਂ ਨੇ ਅਕਾਲੀ ਦਾਲ ਨੂੰ ਭਾਜਪਾ ਨਾਲੋਂ ਰਿਸ਼ਤਾ ਤੋੜਨ ਲਈ ਕਿਹਾ ਦਿੱਤੀ ਚੇਤਾਵਨੀ ਇੱਥੇ ਪੁੱਡਾ ਗਰਾਊਂਡ ਵਿਖੇ ਪਟਿਆਲਾ ਵਿਖੇ 15 ਸਤੰਬਰ ਤੋਂ ਖੇਤੀ ਬਿੱਲਾਂ ਖਿਲਾਫ ਪ੍ਰਦਰਸ਼ਨ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਨੇ ਸ੍ਰੋਮਣੀ ਅਕਾਲੀ ਦਾਲ ਨੂੰ ਭਾਜਪਾ ਨਾਲ ਆਪਣੇ ਸਬੰਧਾਂ ਨੂੰ ਤੋੜਨ ਲਈ ਕਿਹਾ ਹੈ ਤੇ ਯੂਨੀਅਨ ਨੇ ਕਿਹਾ ਕਿ ਜਦੋਂ ਤੱਕ ਪਾਰਟੀ ਪੂਰੀ ਤਰ੍ਹਾਂ ਨਾਲ ਕਿਸਾਨ ਵਿਰੋਧੀ ਭਾਜਪਾ ਨਾਲ ਆਪਣੇ ਸਬੰਧ ਤੋੜ ਨਹੀਂ ਲੈਂਦੀ ਉਰੂ ਤੱਕ ਚੁੱਪ ਨਹੀਂ ਬੈਠਣਗੇ ਤੇ ਆਪਣਾ ਬਾਹਰ ਜਾਰੀ ਰੱਖਣਗੇ ਪ੍ਰਦਰਸ਼ਨ ਅਤੇ ਖੇਤੀ ਆਰਡੀਨੰਸੀ ਬਿੱਲਾਂ ਦੇ ਵਿਰੋਧ ਵਿੱਚ ਵੀ ਪ੍ਰਦਰਸ਼ਨ ਜਾਰੀ ਰੱਖਣਗੇ ਤੇ ਕੇਂਦਰੀ ਮੰਤਰੀ ਨੇ ਅਸਤੀਫਾ ਦਿੱਤਾ ਹੈ ਕਾਂਗਰਸ ਦੇ ਖਿਲਾਫ ਅਤੇ ਅਕਾਲੀਆਂ ਦੇ ਖਿਲਾਫ ਦੂਸਰੀ ਸਰਕਾਰਾਂ ਦੇ ਖਿਲਾਫ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ ਅਗਲੀ ਵੱਡੀ ਖਬਰ ਹੈ ਜੀ ਖੇਤੀ ਬਿੱਲਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਉੱਤਰੇ ਢੰਡਰਿਆਂ ਵਾਲੇ ਜਾਣੋ ਕੀ ਬੋਲੇ ਸਿੱਖ ਧਰਮ ਦੇ ਪ੍ਰਚਾਰਕ ਅਤੇ ਗੁਰਦੁਆਰਾ ਪਰਮੇਸ਼ਰ ਦਵਾਰ ਦੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਅਤੇ ਢੰਡਰਿਆਂ ਵਾਲਿਆਂ ਨੇ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਆਰਡੀਨੇਸ਼ਨ ਦਾ ਵਿਰੋਧ ਕਰਕੇ ਕਿਸਾਨਾਂ ਤੇ ਔਰਤਾਂ ਦੇ ਸਮਰਥਨ ਵਿੱਚ ਆਉਂਦਿਆਂ ਕਿਸਾਨੀ ਮਸਲਿਆਂ ਤੇ ਜਾਣਕਾਰੀ ਰੱਖਣ ਵਾਲੇ ਮਾਹਿਰਾਂ ਨੂੰ ਸਰਕਾਰ ਅੱਗੇ ਨਿਡਰ ਹੋ ਕੇ ਆਵਾਜ਼ ਚੁੱਕਣੀ ਚਾਹੀਦੀ ਹੈ ਉਨ੍ਹਾਂ ਨੇ ਪ੍ਰਚਾਰ ਵਿੱਚ ਕਿਹਾ ਹੈ ਕਿ ਬੇਸ਼ੱਕ ਉਨ੍ਹਾਂ ਨੂੰ ਖੇਤੀਬਾੜੀ ਮਸਲਿਆਂ ਬਾਰੇ ਖਾਸ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਸੰਘਰਸ਼ ਕਰ ਰਹੇ ਕਿਸਾਨਾਂ ਤੋਂ ਜਾਪਦਾ ਹੈ ਕਿ ਸਰਕਾਰਾਂ ਚੋਣਾਂ ਦੌਰਾਨ ਵੱਡੇ ਘਰਾਣਿਆਂ ਤੋਂ ਕਰੋੜਾਂ ਰੁਪਏ ਦੇ ਫੰਡ ਲੈਣ ਵਾਲੇ ਵਪਾਰੀਆਂ ਨੂੰ ਹੁਣ ਫਸਲਾਂ ਦੀ ਸਿੱਧੀ ਅਦਾਇਗੀ ਕਰਨ ਦੀ ਖੁੱਲ੍ਹ ਦੇ ਰਹੀ ਹੈ ਜੋ ਕਿ ਸਰਾਸਰ ਕਿਸਾਨਾਂ ਦੀ ਲੁੱਟ ਹੋਵੇਗੀ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਪਟਿਆਲਾ ਵਿੱਚ ਵੱਡੀ ਵਾਰਦਾਤ ਸੌਰੇ ਘਾਰ ਸਾਡੂਆਂ ਦੇ ਟਕਰਾਰ ਨੇ ਚਾੜਿਆ ਨਵਾਂ ਚੰਨ ਪਟਿਆਲਾ ਸ਼ਹਿਰ ਦੇ ਹਰਿੰਦਰ ਨਗਰ ਵਿਖੇ ਆਪਣੇ ਸੌਰੇ ਘਾਰ ਵਿਖੇ ਇੱਕ ਸਾਡੂ ਨੇ ਦੂਜੇ ਸਾਡੂ ਤੇ ਤੇਲ ਪਾ ਕੇ ਉਸ ਨੂੰ ਆਗ ਲਗਾ ਦਿੱਤੀ ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਝੁੱਲਸ ਗਿਆ ਤੇ ਉਹਦਾ ਗੋਪਤ ਅੰਗ ਸਮੇਤ ਛਾਤੀ ਲੱਤਾਂ ਛੜ ਗਏ ਤੇ ਜ਼ਖਮੀ ਹਾਲਤ ਵਿੱਚ ਪੀੜਤ ਰਣਜੀਤ ਕੁਮਾਰ ਪੁੱਤਰ ਰਾਮਪੂਰਤੀ ਤਵਾਸੀ ਪਿੰਡ ਮਲਾਂਨਪੁਰ ਯੂਪੀ ਹਾਲ ਇਹ ਬਾਸੇ ਪ੍ਰੀਤ ਨਗਰ ਪਟਿਆਲਾ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਤੇ ਸ਼ਿਕਾਇਤਕਰਨ ਤੇ ਉਸ ਦੋਸ਼ੀ ਨੂੰ ਫੜ ਵੀ ਲਿਆ ਗਿਆ ਹੈ। ਅਗਲੀ ਵੱਡੀ ਖਬਰ ਆ ਰਹੀ ਜੀ ਲੰਬੀ ਉਡੀਕ ਤੋਂ ਬਾਅਦ 21 ਸਤੰਬਰ ਨੂੰ ਖੁੱਲਣਗੇ ਸਕੂਲ ਅਧਿਆਪਕਾਂ ਦੇ ਹੋਣਗੇ ਕੋਰੋਨਾ ਟੈਸਟ। ਵੱਡੀ ਖਬਰ ਸਾਹਮਣੇ ਆ ਰਹੀ ਜੀ 21 ਸਤੰਬਰ ਨੂੰ ਕਈ ਸੂਬਿਆਂ ਵਿੱਚ ਸਕੂਲ ਖੁੱਲ ਸਕਦੇ ਹਨ ਤੇ ਅਧਿਆਪਕਾਂ ਦੇ ਸਭ ਤੋਂ ਪਹਿਲਾਂ ਕੋਰੋਨਾ ਟੈਸਟ ਲਏ ਜਾਣਗੇ। ਜਿਹੜੇ ਅਧਿਆਪਕਾਂ ਦੇ ਕਰੋਨਾ ਟੈਸਟ 네ਗੇਟਿਵ ਆਉਣਗੇ ਉਹਨਾਂ ਨੂੰ ਹੀ ਸਕੂਲ ਵਿੱਚ ਐਂਟਰ ਹੋਣ ਦੀ ਇਜਾਜ਼ਤ ਹੋਵੇਗੀ ਖਾਸ ਕਰਕੇ ਮਾਸਕ ਪਹਿਨਣ ਤੇ ਸਮਾਜਿਕ ਦੂਰੀ ਨੂੰ ਪਾਲਣਾ ਕਰਨੀ ਜ਼ਰੂਰੀ ਸਮਝਿਆ ਜਾਵੇਗਾ ਅਗਲੀ ਵੱਡੀ ਖਬਰ ਹੈ ਜੀ ਜੰਮੂ ਕਸ਼ਮੀਰ ਲਈ ਆਰਥਿਕ ਪੈਕੇਜ ਦਾ ਐਲਾਨ 1 ਸਾਲ ਤੱਕ ਬਿਜਲੀ ਪਾਣੀ ਬਿੱਲ ਵਿੱਚ 50% ਦੀ ਛੋਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਭਾਰਤ ਮੋਹਮ ਨੂੰ ਅੱਗੇ लेजाਉਂਦੇ ਹੋਏ ਸ਼ਨੀਵਾਰ ਨੂੰ ਜੰਮੂ ਅਤੇ ਕਸ਼ਮੀਰ ਦੇ ਉਪਰ ਰਾਜਪਾਲ ਨੇ ਸੂਬੇ ਲਈ 1350 ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਸ਼ਨੀਵਾਰ ਨੂੰ ਕਿਹਾ ਗਿਆ ਹੈ ਕਿ ਮੈਨੂੰ ਆਰਥਿਕ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਕਾਰੋਬਾਰੀਆਂ ਲਈ ਆਰਥਿਕ ਪੈਕੇਜ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਤੇ ਇਹ ਕਾਰੋਬਾਰੀਆਂ ਨੂੰ ਸਹੂਲਤ ਦੇਣ ਲਈ ਸਾਡੇ ਵੱਲੋਂ ਕੀਤਾ ਗਿਆ ਆਤਮ ਨਿਰਪਰ ਭਾਰਤ ਅਤੇ ਹੋਰ ਉਪਾਵਾਂ ਦੇ ਲਾਭਾਂ ਦੇ ਅਧੀਨ ਅਨਤੇ ਇਸ ਤੋਂ ਇਲਾਵਾ ਉਪਰ ਆਇਪਾਲ ਨੇ ਬਿਜਲੀ ਪਾਣੀ ਬਿੱਲਾਂ ਦੇ ਇੱਕ ਸਾਲ ਵਿੱਚ ਤੱਕ 50% ਦੀ ਛੋਟ ਦਾ ਵੀ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਬਿਜਲੀ ਅਤੇ ਆਪਣੇ ਦੇ ਬੈਲ ਵਿੱਚ ਇੱਕ ਸਾਲ ਤੱਕ 50% ਦੀ ਛੋਟ ਦਿੱਤੀ ਜਾਵੇਗੀ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਕੇਜਰੀਵਾਲ ਸਰਕਾਰ ਦਾ ਫੈਸਲਾ ਦਿੱਲੀ ਵਿੱਚ ਸਾਰੇ ਸਕੂਲ 5 ਅਕਤੂਬਰ ਤੱਕ ਰਹਿਣਗੇ ਬੰਦ। कोरोना काल ਦੌਰਾਨ ਦੇਸ਼ ਭਰ ਵਿੱਚ 21 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤਾਂ ਲਈ ਸਕੂਲ ਖੋਲਣ ਦੀ ਛੋਟ ਮਿਲ ਗਈ ਹੈ ਤੇ ਅਨਲੌਕ 4 ਦੇ ਦੇਸ਼ਾ ਨਿਰਦੇਸ਼ਾਂ ਤਹਿਤ ਕੇਂਦਰ ਨੇ ਕਨਟੇਨਮੈਂਟ ਜੂਨ ਤੋਂ ਬਾਅਦ ਸਕੂਲ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ ਹਾਲਾਂਕਿ ਕਈ ਸੂਬੇ ਅਸਲ ਵਿੱਚ ਤਿਆਰ ਨਹੀਂ ਹਨ ਪੰਜਾਬ ਵਿੱਚ ਵੀ ਸਕੂਲ 21 ਸਤੰਬਰ ਨੂੰ ਨਹੀਂ ਖੋਲੇ ਜਾਣਗੇ ਦਿੱਲੀ ਵਿੱਚ ਸਾਰੇ ਸਕੂਲ 5 ਅਕਤੂਬਰ ਤੱਕ ਬੰਦ ਰਹਿਣਗੇ ਦਿੱਲੀ ਦੇ ਮੁੱਖ ਮੰਤਰੀ ਨੇ ਇਹ ਵੱਡਾ ਫੈਸਲਾ ਲਿਆ ਹੈ ਏ ਸਨ ਜੀ ਹੁੰਦੀਆਂ ਤਾਜ਼ਾ ਤਰੀਨ ਪੰਜਾਬ ਅਤੇ ਭਾਰਤ ਦੀਆਂ ਵੱਡੀਆਂ ਖਬਰਾਂ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਫੇਸਬੁੱਕ WhatsApp ਤੇ ਸ਼ੇਅਰ ਕਰਨਾ ਨਾ ਭੁੱਲਣਾ ਆਉਣ ਵਾਲੀਆਂ ਖਬਰਾਂ ਲਈ ਚੈਨਲ ਨਾਲ ਜੁੜੇ ਰਹੋ ਧੰਨਵਾਦ